ਕਰੋ ਬੈਠੇ ਬੈਠੇ ਫੈਟ ਬਰਨ ਤੇ ਹੋਰ ਕੀ ਚਾਹੀਦਾ ਜਿਹੜੀ ਐਕਸਰਸਾਈਸ ਕਰ ਰਹੇ ਆ ਤਾਂ ਕਰੇ ਰਹੇ ਆ ਪਰ ਕੁਛ ਫੂਡ ਚੁਆਇਸਸ ਨਾਲ ਕੁਛ ਟਿਪਸ ਨਾਲ ਆਪਾਂ ਬੈਠੇ ਬੈਠੇ ਫੈਟ ਬਰਨ ਦੁੱਗਣੀ ਤੇਜ਼ ਕਰ ਸਕਦੇ ਆ ਫੂਡ ਥਰਮੋਜੈਨਿਕ ਇਫੈਕਟ ਕਿਦਾਂ ਦੇ ਉਹ ਫੂਡ ਨੇ ਜੋ ਤੁਹਾਡੀ ਬਾਡੀ ਨੂੰ ਤੁਸੀਂ ਦੇਹਗੇ ਉਹ ਤੁਹਾਡੀ ਬਾਡੀ ਜ਼ਿਆਦਾ ਕੈਲਰੀ ਬਰਨ ਕਰੂਗੀ ਜ਼ਿਆਦਾ ਫੈਟ ਲੌਸ ਕਰਨਗੇ ਉਹ ਨੰਬਰ 1 ਤੇ ਪ੍ਰੋਟੀਨ ਫੂਡ ਜੇ ਤੁਸੀਂ ਮੰਨ ਲਓ 100 ਕੈਲਰੀ ਕਿਸੇ ਚਿਕਨ ਬਰੈਸਟ ਚੋਂ ਲੈਨੇ ਆ ਤਾਂ ਉਹਦੇ ਵਿੱਚੋਂ 30% ਕੈਲਰੀ ਥੋੜੀ ਜੋ ਬਾਡੀ ਆ ਉਹਨੂੰ ਹਾਜ਼ਮ ਕਰਨ ਤੇ ਵੇਸਟ ਕਰ ਦਿੰਦੀ ਆ ਹੁਣ 100 ਕੈਲਰੀ ਚਿਕਨ ਬੈਸਟ ਚੋਂ ਲਈ 70 ਕੈਲਰੀ ਆਪਾਂ ਆਪਣੀ ਬਾਡੀ ਤੇ ਲਵਾਂਗੇ 30 ਕੈਲਰੀ ਆ ਜਿਹੜੀ ਆ ਆਪਣੀ ਸੋ ਪਿੱਛੇ ਉਹ ਵੇਸਟ ਹੋ ਜੂਗੀ ਕਿੱਦਾਂ ਵੇਸਟ ਹੁੰਦੀ ਆ ਜੇ ਚਿਕਨ ਬੈਸਟ ਖਾਂਦੇ ਆ ਇਨਜ਼ਾਈਮ ਉਹ ਪ੍ਰੋਟੀਨ ਨੂੰ ਬ੍ਰੇਕਡਾਊਨ ਕਰਦੇ ਨੇ ਅਮੀਨੋ ਬਣ ਜਾਂਦੇ ਨੇ ਅਮੀਨੋ ਬਣ ਕੇ ਆਪਣੇ ਮਸਲਸਾਂ ਚ ਜਾਂਦੇ ਨੇ ਜਾਂ ਬਾਡੀ ਦੇ ਜੋ ਜੋ ਵੀ ਜਿੱਥੇ ਜਿੱਥੇ ਪ੍ਰੋਟੀਨ ਯੂਜ਼ ਹੁੰਦਾ ਉਹ ਸਾਰੇ ਪ੍ਰੋਗਰੈਸ ਦੇ ਵਿੱਚ ਥੋੜੀ ਬਾਡੀ ਦਾ ਜੋਰ ਲੱਗਦਾ ਇਹਨਾਂ ਮਤਲਬ ਹੁਣ ਜੇ ਪ੍ਰੋਟੀਨ ਫੂਡ ਲੈਣੇ ਆ ਉਹਦਾ ਥਰਮੋਡਾਇਨੈਮਿਕ ਇਫੈਕਟ ਹਰ ਇੱਕ ਫੂਡ ਨਾਲੋਂ ਜ਼ਿਆਦਾ ਆ ਜਿਹੜੀ 30 ਕੈਲਰੀ ਦੇ ਉੱਤੇ ਬਰਨ ਕਰ ਰਹੇ ਹਾਂ ਉਹ ਫ੍ਰੀ ਦੀ ਬਰਨ ਹੋ ਰਹੀ ਆ ਸਿਰਫ ਫੂਡ ਚੋਇਸ ਨਾਲੇ ਨੰਬਰ 2 ਤੇ ਥਰਮੋਡਾਇਨੈਮਿਕ ਇਫੈਕਟ ਹੁੰਦਾ ਕੰਪਲੈਕਸ ਕਾਰਬ ਦਾ ਉਹਦਾ ਕਿੰਨਾ ਹੁੰਦਾ 10% ਮੰਨ ਲਓ 100 ਗ੍ਰਾਮ 100 ਕੈਲਰੀ ਸਵੀਟ ਪੋਟੈਟੋ ਚੋਂ ਲੈ ਰਹੇ ਹਾਂ ਬਰਾਉਨ ਰਾਈ ਚੋਂ ਲੈ ਰਹੇ ਹਾਂ ਤਾਂ ਉਹਦੇ ਵਿੱਚੋਂ 85 90 ਕੈਲਰੀ ਤੁਹਾਡੀ ਬਾਡੀ ਆਪਣੇ ਤੇ ਲੂ ਉੱਤੇ 10% ਕੈਲਰੀ ਆ ਜੋ 10 ਕੈਲਰੀਆ ਉਹ ਤੁਹਾਡੀ ਬਾਡੀ ਚ ਬਰਨ ਹੋਗੀ ਕਿਦਾਂ ਕਾਰਬੋਹਾਈਡਰਟ ਖਾਣੇ ਆ ਉਹਦਾ ਗਲੂਕੋਜ ਬਣਦਾ ਇਨ ਦੀ ਫਾਰਮ ਆਫ ਗਲਾਈਕੋਜਨ ਜੋ ਕਿ ਆਪਣੇ ਮਸਲਾਂ ਚ ਸਟੋਰ ਹੁੰਦਾ ਲੀਵਰ ਚ ਹੁੰਦਾ ਉਹ ਸਾਰੇ ਪ੍ਰੋਸੈਸ ਨੂੰ ਕਰਨ ਦੇ ਵਿੱਚ ਬਾਡੀ ਇਹ 10 ਕੈਲਰੀ 100 ਪਿੱਛੇ 10 ਕੈਲਰੀ ਵੇਸਟ ਕਰ ਦਿੰਦੀ ਆ 15 ਕੈਲਰੀ ਨੇ ਫ੍ਰੀ ਚ ਬਰਨ ਕਰ ਰਹੇ ਆ ਬੈਠੇ ਬੈਠੇ ਤੇ ਨੈਕਸਟ ਹੈ ਜੀ ਫੈਟ ਫੈਟ ਦਾ ਸਾਰਿਆਂ ਨੂੰ ਘਟ ਹੁੰਦਾ ਜਿਹੜਾ ਥਰਮੋਜੇਨਿਕ ਇਫੈਕਟ ਆ ਕਿਉਂਕਿ ਜਦ ਤੁਸੀਂ ਫੈਟ ਲੈਨੇ ਹੋ ਥੋੜਾ ਗਲ ਬਲੈਂਡਰ ਆ ਜੋ ਬਾਇਲ ਜੂਸ ਦੇ ਥਰੂ ਜੋ ਐਂਜ਼ਾਈਮ ਹੁੰਦੇ ਨੇ ਥੋੜੀ ਫੈਟ ਬਾਡੀ ਚ ਐਬਜ਼ਾਰਬ ਹੁੰਦੀ ਆ ਕੁਝ ਜ਼ਿਆਦਾ ਪ੍ਰੋਗਰੈਸ ਨਹੀਂ ਹੁੰਦਾ ਜਾ ਕੇ ਉਹ ਫੈਟੀ ਐਸਿਡ ਦੇ ਥਰੂ ਫਿਰ ਥੋੜੇ ਜੋ ਐਡਾਪੋਸਟ ਇਸ਼ੂ ਹੁੰਦੇ ਨੇ ਜਾਨੀ ਕਿ ਆਪਣੀ ਫੈਟ ਉਹਨਾਂ ਦੇ ਜਾ ਕੇ ਸਟੋਰ ਹੁੰਦੀ ਆ ਸਿੱਧੀ ਹੁਣ ਇਹਦਾ ਮਤਲਬ ਇਹ ਨਹੀਂ ਕਿ ਫੈਟ ਦਾ ਥਰਮੋਜਨਿਕ ਇਫੈਕਟ ਆਪਾਂ ਫੈਟ ਲੈਣੀ ਨਹੀਂ ਕਿਉਂਕਿ ਫੈਟ ਜ਼ਰੂਰੀ ਆ ਆਪਣੀ ਬਾਡੀ ਨੂੰ ਇੱਕ ਤਾਂ ਜੇ ਤੁਸੀਂ ਕਾਰਬੋਹਾਈਡਰੇਟਸ ਨਾਲ ਫੈਟ ਲੈਣੀਓ ਲਾਈਕ ਆਲੋਵ ਆਇਲ ਤਾਂ ਥੋੜੇ ਕਾਰਬ ਵਧੀਆ ਹੈਂਡਲ ਕਰਦੀ ਆ ਜਿਹੜੀ ਮੋਨੋ ਅਨਸੈਚੁਰੇਟਿਡ ਫੈਟ ਆ ਜਾਂ ਦੇਸੀ ਕਿਉ ਉਹਦੀ ਵਧੀਆ ਫੈਟ ਆ ਬਾਕੀ ਜੋ ਜੇ ਤੁਸੀਂ ਬੋਡੀ ਜੇ ਫੈਟ ਨਹੀਂ ਲੈਂਦੇ ਡਾਈਟਰੀ ਫੈਟ ਨਹੀਂ ਲੈਂਦੇ ਤੁਹਾਡੇ ਫੈਟ ਸੋਲੀਬਲ ਵਿਟਾਮਿਨ ਨਹੀਂ ਐਬਜ਼orb ਹੁੰਨੇ ਸੋ ਫੈਟ ਲੈਣੀ ਜ਼ਰੂਰੀ ਆ ਸੋ ਪ੍ਰੋਟੀਨ ਕਾਰਬ ਫੈਟ ਦੀ ਗੱਲ ਹੋ ਗਈ ਨੈਕਸਟ ਗੱਲ ਕਰੂੰਗਾ ਵੈਜੀਟੇਬਲ ਦੀ ਬਰੋਕਲੀ ਤੁਸੀਂ ਖਾਨਿਓ ਮੰਨ ਲਓ 100 ਗ੍ਰਾਮ ਬਰੋਕਲੀ ਖਾ ਲਈ ਉਹਦੇ ਵਿੱਚ 30 35 ਕੈਲਰੀ ਹੁੰਦੀ ਆ ਜੋ ਵੈਜੀਟੇਬਲ ਆ ਤੁਹਾਨੂੰ ਫਿਲ ਰੱਖਦੀ ਆ ਤੁਹਾਨੂੰ ਭੁੱਖ ਨਹੀਂ ਲੱਗਣ ਦਿੰਦੀ ਫਾਈਬਰ ਹੁੰਦੀ ਆ ਜੇ ਹੁਣ ਬਰੋਕਲੀ ਦੇ ਵਿੱਚ 5 6 ਕਾਰਬ ਨੇ ਨੈਟ ਕਾਰਬ ਮਤਲਬ ਹੁਣ ਆਪਾਂ ਨੂੰ ਦੱਸ ਰਹੇ ਨੇ ਕਿ 100 ਗ੍ਰਾਮ ਬਰੋਕਲੀ ਦੇ ਵਿੱਚ 6 ਗ੍ਰਾਮ ਕਾਰਬ ਨੇ ਤਾਂ ਉਹਦੇ ਵਿੱਚੋਂ 3 3 3 ਜਾਂ 4 ਗ੍ਰਾਮ ਆਪਾਂ ਨੂੰ ਫਾਈਬਰ ਮਿਲਦੀ ਆ ਤੇ ਜਿਹੜੀ ਫਾਈਬਰ ਵਾਲੀ ਕੈਲਰੀ ਆ ਉਹ ਆਪਣੀ ਬਾਡੀ ਅਬਜ਼ੌਰਬ ਨਹੀਂ ਕਰਦੀ ਆਪਣੇ ਤੇ ਨਹੀਂ ਲੈਂਦੀ ਇਹਦਾ ਮਤਲਬ ਆਪਣੇ ਵੇਸਟ ਦੇ ਥਰੂ ਉਹ ਬਾਹਰ ਨਿਕਲ ਜਾਣੀਆਂ ਸੋ ਹੁਣ ਜੇ 6 ਕਾਰਬ ਨੇ 100 ਗ੍ਰਾਮ ਬਰੋਕਲੀ ਦੇ ਵਿੱਚ 3 ਗ੍ਰਾਮ ਫਾਈਬਰ ਆ ਤਾਂ 6 ਕਾਰਬ ਚੋਂ 3 ਗ੍ਰਾਮ ਫਾਈਬਰ ਵਾਲੇ ਤੁਸੀਂ ਮਾਈਨਸ ਕਰ ਦੋ ਰਹਿ ਗਏ 3 ਗ੍ਰਾਮ ਨੈਟ ਕਾਰਬ ਸੋ ਤਾਂ ਹੀ ਮੈਂ ਕਹਿੰਦਾ ਉਹਨਾਂ ਕੀ ਵੈਜੀਟੇਬਲ ਜਿੰਨੀ ਮਰਜ਼ੀ ਖਾ ਲੋ ਤੁਸੀਂ ਤੁਹਾਨੂੰ ਫਾਈਬਰ ਮਿਲੂਗੀ ਪੋਟਾਸ਼ੀਅਮ ਹੁੰਦਾ ਤੁਹਾਡੀ ਬਾਡੀ 'ਚ ਐਸਟ੍ਰੋਜਨ ਬਾਹਰ ਕੱਢਦੀ ਐ ਤੁਹਾਨੂੰ ਫੁੱਲ ਰੱਖਦੀ ਐ ਫੈਟ ਲਾਸਟ ਦੇ ਲਈ ਵੈਜੀਟੇਬਲ ਜ਼ਰੂਰੀ ਆ ਹੁਣ ਗੱਲ ਕਰਦੇ ਆ ਪੰਜਵੇਂ ਨੰਬਰ ਤੇ ਆਪਾਂ ਪ੍ਰੋਸੈਸ ਫੂਡ ਦੀ ਜਿਹੜਾ ਤੁਸੀਂ ਪ੍ਰੋਸੈਸ ਫੂਡ ਲੈਨੇ ਹੋ ਐਮਪਟੀ ਕੈਲੀ ਲੈਨੇ ਹੋ ਕੋਕ ਪੀਨੇ ਹੋ ਬਰਗ ਖਾਨੇ ਹੋ ਪੀਜੇ ਖਾਨੇ ਹੋ ਜ਼ੀਰੋ ਥਰਮੋਜਨਿਕ ਇਫੈਕਟ ਹੁੰਦਾ ਇਹਦਾ ਮਤਲਬ 100 ਕੈਲਰੀ ਲੈ ਲਈ ਕੋਈ ਮਿਨਰਲ ਕੋਈ ਪ੍ਰੋਟੀਨ ਕੁਛ ਨਹੀਂ ਮਿਲਣਾ ਬਾਡੀ ਨੂੰ ਸਿੱਧੀ ਜਾ ਕੇ ਤੁਹਾਡੀ ਗੰਦੀ ਫੈਟ ਦੇ ਵਿੱਚ 100 ਸਾਡੀ ਫੈਟ ਕਿਉਂ ਨਹੀਂ ਬਰਨ ਕਰ ਰਹੀ ਕਿਉਂਕਿ ਫੂਡ ਇਹ ਬਹੁਤ ਤੁਹਾਡੇ ਇਹ ਚੀਜ਼ ਤੇ ਅਸਰ ਪਾਉਂਦੇ ਨੇ ਕੀ ਤੁਸੀਂ ਚੀਜ਼ ਖਾ ਰਹੇ ਹੋ ਕਈ ਬੰਦੇ ਕਹਿੰਦੇ ਲੋਕ ਮਰਜੀ ਖਾ ਲਓ ਜੀ 1500 ਕੈਲਰੀ ਖਾਓ ਵੇਟ ਸੇਮ ਹੀ ਰਹੂਗਾ ਕੈਲਰੀ ਖਾਣ ਦਾ ਫਰਕ ਨਹੀਂ ਹੁੰਦਾ ਕਿਹੜੇ ਫੂਡ ਚੋਂ ਕੈਲਰੀ ਲੈਣੀ ਆ ਉਹਦਾ ਫਰਕ ਹੁੰਦਾ ਮੇਨ ਅਸਲੀ ਤੇ ਹੋਰ ਕਿਹੜੀਆਂ ਚੀਜ਼ਾਂ ਫੈਟ ਬਰਨ ਚ ਤੁਹਾਨੂੰ ਹੈਲਪ ਕਰਦੀਆਂ ਨੇ ਰੈੱਡ \text{bell pepper}} \text{ ਲਾਲ ਮਿਰਚ} \text{ ਬਲੈਕ ਪੀਪਰ ਕਾਲੀ ਮਿਰਚ ਹੋਗੀ ਜੇ ਤੁਸੀਂ ਮੀਲ ਦੇ ਉੱਤੇ ਪਾਉਂਦੇ ਹੋ ਹਰੀ ਮਿਰਚ ਹੋਗੀ ਸ਼ਿਮਲਾ ਮਿਰਚਾਂ ਹੋਗੀਆਂ ਇਹ ਚੀਜ਼ਾਂ ਕਿਉਂਕਿ ਇਹ ਤੁਹਾਡੀ ਬਾਡੀ ਦਾ ਕੋਰ ਟੈਂਪਰੇਚਰ ਹਾਈ ਕਰ ਦਿੰਦੀ ਨੇ ਥੋੜਾ ਮੈਟਾਬੋਲਿਜ਼ਮ ਹਿੱਟ ਕਰ ਦਿੰਦੀ ਨੇ ਫਾਇਰ ਅਪ ਕਰ ਦਿੰਦੀਆਂ ਨੇ ਮਤਲਬ ਜੇ ਸਪਾਈਸੀ ਫੂਡ ਖਾਣੇ ਹੋ ਤੁਹਾਡੀ ਬਾਡੀ ਜ਼ਿਆਦਾ ਕੈਲਰੀ ਬਰਨ ਕਰਦੀ ਆ ਤੇ ਨੈਕਸਟ ਤੇ ਹੈਗੀ ਆਪਣੀ ਕੋਲਡ ਵਾਟਰ ਪੀਣਾ ਤੇ ਉਹਦੇ ਨਾਲ ਨਹਾਉਣਾ ਕਿਉਂਕਿ ਤੁਹਾਡੀ ਬਾਡੀ ਆ ਅੰਦਰੋਂ ਪੂਰੀ ਹੀਟ ਆਪੀ ਹੁੰਦੀ ਆ ਜਦੋਂ ਤੁਸੀਂ ਕੋਲਡ ਵਾਟਰ ਪੀਂਦੇ ਹੋ ਤੇ ਜਾਂ ਫਿਰ ਤੁਸੀਂ ਕੋਲਡ ਸ਼ਾਵਰ ਲੈਣੇ ਨਹਾਉਣੇ ਹੋ ਬਾਡੀ ਹੀਟ ਹੁੰਦੀ ਆ ਉੱਪਰੋਂ ਕੋਲਡ ਪਾਉਨੇ ਹੋ ਸੋ ਉਹਦੇ ਤੇ ਵੀ ਬਾਡੀ ਉਹ ਚੀਜ਼ ਨੂੰ ਹੈਂਡਲ ਕਰਦੇ ਵਿੱਚ ਮਟਾਲਿਓ ਫਾਸਟ ਹੁੰਦਾ ਆਪਣਾ ਤੇ ਨੈਕਸਟ ਹੈਗਾ ਆਪਣਾ ਗ੍ਰੀਨ ਟੀ ਗ੍ਰੀਨ ਟੀ ਇੱਕ ਕੀ ਕਰਦੀ ਆ ਤੁਹਾਡੇ ਬਲੱਡ ਦੇ ਵਿੱਚ ਸ਼ੂਗਰ ਨੂੰ ਕੰਟਰੋਲ ਕਰਦੀ ਆ ਜੇ ਤੁਸੀਂ ਕਾਰਬੋਹਾਈਡਰੇਟਸ ਖਾਂਦੇ ਹੋ ਤੁਹਾਡੀ ਬਾਡੀ ਜਿਆਦਾ ਗਲੂਕੋਜ਼ ਨੂੰ ਹੈਂਡਲ ਕਰਦੀ ਆ ਦੂਜੇ ਨੰਬਰ ਤੇ ਜਦ ਤੁਸੀਂ ਫਾਸਟ ਕਰਦੇ ਹੋ ਹੁੰਦੇ ਹੋ ਮਤਲਬ ਜਿਵੇਂ ਆਪਾਂ ਫਾਸਟਿੰਗ ਪ੍ਰਮੋਟ ਕਰਦੇ ਆ ਤੁਹਾਨੂੰ ਪਤਾ ਕਿ ਜਿਆ ਕੁਝ ਨਹੀਂ ਖਾਂਦੇ ਹੁੰਦੇ ਤਾਂ ਉਦੋਂ ਤੁਹਾਡੀ ਬਾਡੀ ਦੇ ਵਿੱਚ ਐਨਜ਼ਾਈਮ ਐਕਟੀਵੇਟ ਹੋ ਜਾਂਦਾ ਏਐਮਪਕੇ ਏਐਮਪਕੇ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਕੁਝ ਖਾ ਨਹੀਂ ਰਹੇ ਤੁਹਾਡੀ ਬਾਡੀ ਤੁਹਾਡੀ ਸਟੋਰਡ ਬਾਡੀ ਫੈਟ ਯੂਜ਼ ਕਰਦੀ ਆ ਬਰਨ ਕਰਦੀ ਆ ਗ੍ਰੀਨ ਟੀ ਉਹ ਐਨਜ਼ਾਈਮ ਨੂੰ ਹੋਰ ਐਕਟੀਵੇਟ ਕਰਦੀ ਆ ਮਤਲਬ ਹੁਣ ਦੁੱਗਣੀ ਫੈਟ ਬਰਨ ਹੋਊਗੀ ਤੇ ਨੈਕਸਟ ਹੈਗੀ ਬਲੈਕ ਕਾਫੀ ਬਲੈਕ ਕਾਫੀ ਕੀ ਕਰਦੀ ਆ ਤੁਹਾਡੇ ਬਲੱਡ ਦੇ ਵਿੱਚ ਜੋ ਤੁਹਾਡੇ ਸਟੋਰ ਫੈਟ ਐਸਿਡ ਹੁੰਦੇ ਨੇ ਉਹ ਬਲੱਡ ਦੇ ਵਿੱਚ ਰੀਲੀਜ਼ ਕਰਦੀ ਆ ਫੈਟ ਚੋਂ ਕੱਢ ਕੇ ਸੋ ਮਤਲਬ ਹੁਣ ਤੁਸੀਂ ਉਹਨਾਂ ਨੂੰ ਈਜ਼ੀਲੀ ਯੂਜ਼ ਕਰ ਸਕਦੇ ਹੋ ਜੇ ਬਲੈਕ ਕਾਫੀ ਲੈਣੇ ਹੋ ਤਾਂ ਹੀ ਮੈਂ ਕਹਣਾ ਨਾ ਕਾਰਡੀਓ ਤੋਂ ਪਹਿਲਾਂ ਬਲੈਕ ਕਾਫੀ ਲੋ ਥੋੜਾ ਮਟਾਬੋਲਿਜ਼ਮ ਥੋੜਾ ਹਾਰਟ ਰੇਟ ਅੱਪ ਹੁੰਦਾ ਹਾਰਟ ਰੇਟ ਕਿਉਂ ਅੱਪ ਹੁੰਦਾ ਤੁਹਾਡਾ ਫਾਈਟ ਐਂਡ ਫਲਾਈਟ ਜੋ ਹਾਰਮੋਨ ਦਾ ਸਟ्रेस ਹਾਰਮੋਨ ਉਹਨੂੰ ਉਹਨੂੰ ਟਰਗਲ ਕਰਦੀ ਆ ਉਹਨੂੰ ਬੂਸਟ ਕਰਦੀ ਆ ਬਤਨ ਹੁਣ ਤੁਹਾਡੀ ਹਾਰਟ ਰੇਟ ਜ਼ਿਆਦਾ ਆ ਤੁਹਾਡਾ ਕੋਰ ਟੈਂਪਰੇਚਰ ਉੱਥੇ ਹਾਈ ਹੋਊਗਾ ਤੁਹਾਡੀ ਬਾਡੀ ਜ਼ਿਆਦਾ ਕੈਲਰੀ ਬਰਨ ਕਰੂਗੀ ਕਿਉਂਕਿ ਸਟ੍ਰੈਸ ਦੇ ਵਿੱਚ ਆ ਕੇ ਫਾਈਟ ਐਂਡ ਫਲਾਈਟ ਜਿਹੜਾ ਹਾਰਮੋਨ ਰਿਲੀਜ਼ ਹੁੰਦੇ ਨੇ ਤੁਹਾਡੀ ਬਾਡੀ ਜ਼ਿਆਦਾ એનર્ਜੀ ਯੂਜ਼ ਕਰਦੀ ਆ ਬਾਡੀ ਨੂੰ ਇਹ ਇੱਕ ਤਰ੍ਹਾਂ ਦਾ ਸਿਗਨਲ ਹੁੰਦਾ ਕਿ એનર્ਜੀ ਰਿਲੀਜ਼ ਕਰੋ ਸਾਨੂੰ ਚਾਹੀਦੀ ਆ ਸੋ ਉਹ ਵੀ ਟ੍ਰੈਗਰ ਕਰਦੀ ਆ ਬਲੈਕ ਕਾਫੀ ਸੋ ਲਾਸਟ ਹੈ ਕਿ ਇੰਟਰਮੀਟਿੰਗ ਫਾਸਟਿੰਗ ਜਦ ਆਪਾਂ ਕੁਝ ਨਹੀਂ ਖਾ ਰਹੇ ਹੁੰਦੇ ਆਪਣੀ ਫੈਟ ਬਰਨ ਹੁੰਦੀ ਆ ਜਿਵੇਂ ਡਿਨਰ ਕਰ ਲਿਆ 8 ਵਜੇ ਦੂਜੇ ਦਿਨ ਜਾ ਕੇ 12 ਵਜੇ ਦੁਪਹਿਰੇ ਮੀਲ ਲੈਣੀ ਆ ਉਹ 16 ਘ ਫਿਰ 12 ਤੋਂ ਆਪਣੀਆਂ 2 ਮੀਲਾ ਲਓ 12 ਤੋਂ 8 ਦੇ ਵਿੱਚ ਵਿੱਚ ਜਿਹੜਾ ਟਾਈਮ ਆ 3-3 4-4 ਘੰਟੇ ਦੇ ਫਰਕ ਨਾਲ ਫਾਸਟਿੰਗ ਦਾ ਸਭ ਤੋਂ بڑا ਇਹ ਬੈਨੀਫਿਟ ਆ ਫਾਸਟਿੰਗ ਜੋ ਆਪਣਾ ਇੱਕ ਮਾਈਟੋਕਾਂਡਰੀਆ ਹੁੰਦਾ ਜੋ ਕਿ ਆਪਣੀ ਜੋ ਸੈੱਲ ਆ ਸਾਡੀ ਬੋਡੀ ਦੇ ਵਿੱਚ ਬਹੁਤ ਹੁੰਦੇ ਨੇ ਉਹ એનર્ਜੀ ਪਾਵਰ ਹਾਊਸ ਨੇ ਉਹਨਾਂ ਨਾਲ ਆਪਣੀ ਬੋਡੀ એનર્ਜੀ ਬਣਾਉਂਦੀ ਆ ਫੂਡ ਚੋਂ ਸੋ ਫਾਸਟਿੰਗ ਨਾਲ ਉਹ ਜਿਆਦਾ ਵੱਧਦੇ ਨੇ ਜਿੰਨਾ ਤੁਸੀਂ ਖਾਂਦੇ ਹੋ ਡੈਮੇਜ ਹੁੰਦੇ ਨੇ ਸੋ ਇਹਦਾ ਮਤਲਬ ਜੇ ਤੁਹਾਡੀ ਬੋਡੀ ਦੇ ਵਿੱਚ એનર્ਜੀ ਫੈਕਟਰੀਆਂ ਜਿਆਦਾ ਬਣਨਗੀਆਂ ਮਾਈਟੋਕਾਂਡਰੀਆ ਜਿਆਦਾ ਬਣਨਗੇ ਤਾਂ ਫਿਰ ਉਹ ਜਿਹੜੀ ਆਪਣੀ ਬੋਡੀ ਤੇ ਫੈਟ ਚੜੀ ਆ ਉਮਾਈਟੋਕਾਂਟਰੀ ਦੇ ਥਰੂ ਆਪਾਂ ਨੂੰ ਬਰਨ ਕਰਾਂਗੇ ਜ਼ਿਆਦਾ ਆਪ ਨੂੰ ਜ਼ਿਆਦਾ એનર્ਜੀ ਪ੍ਰੋਡਿਊਸ ਹੋਊਗੀ ਕਿਉਂਕਿ ਹੁਣ ਜਿਹੜੀ ਅੰਦਰੋਂ ਬਾਡੀ એનર્ਜੀ ਬਣਾ ਰਹੀ ਆ ਫੂਡ ਤੋਂ ਮਾਈਟੋਕਾਂਡਰੀਆ ਥਰੂ ਜ਼ਿਆਦਾ ਬਣਾ ਰਹੀ ਆ ਉਹਨੂੰ ਫਿਰ ਆਪਾਂ ਜ਼ਿਆਦਾ ਯੂਜ਼ ਕਰਦੇ ਆ ਤਾਂ ਹੀ ਸਾਰੇ ਕਹਿੰਦੇ ਨੇ ਕਿ ਯਾਰ ਜੇ ਅਸੀਂ ਫਾਸਟ ਕਰਦੇ ਆ ਸਾਨੂੰ એનર્ਜੀ ਬੈਟਰ ਲੱਗਦੀ ਆ ਕਿਉਂਕਿ ਮਾਈਟੋਕਾਂਡਰੀਆ ਜ਼ਿਆਦਾ ਬਣ ਜਾਂਦੇ ਨੇ ਜਿੰਨੀਆਂ ਜ਼ਿਆਦਾ એનર્ਜੀ ਫੈਕਟਰੀਆਂ ਆਪਣੇ ਕੋਲ ਨੇ ਆਪਣੀ ਬਾਡੀ ਜ਼ਿਆਦਾ ਫੈਟ ਬਰਨ ਕਰੂਗੀ ਨਾਲ ਦੀ ਨਾਲ ਆਪਾਂ ਨੂੰ એનર્ਜੀ ਵਧੀਆ ਮਿਲੂਗੀ ਸੋ ਦੋ ਚੀਜ਼ਾਂ ਜਿਹੜੇ ਬੈਨੀਫਿਟ ਹੁੰਦੇ ਨੇ ਜਦ ਆਪਣੀ ਜੇ ਆਪਾਂ ਫਾਸ ਸਿਰਫ ਇਹਨਾਂ ਫੂਡਾਂ ਦੇ ਨਾਲ ਹੀ ਤੁਸੀਂ ਵੱਡਾ ਇੱਕ ਇੰਪੈਕਟ ਪਾ ਸਕਦੇ ਹੋ ਸੋ ਦੇਖੋ ਕਿੰਨਾ ਜ਼ਿਆਦਾ ਫਰਕ ਆ ਹੈਲਦੀ ਈਟਿੰਗ ਦਾ ਤੇ ਬੈਡ ਈਟਿੰਗ ਦਾ ਹੀ ਬੈਠੇ-ਬੈਠੀ ਕੈਲਰੀ ਬਰਨ ਹੁੰਦੀ ਆ ਆਪਣੀ ਸੋ ਆ ਸੀਗੀ ਤੁਹਾਡੇ ਲਈ ਇਨਫੋਰਮੇਸ਼ਨ ਹੁਣ ਆਪਾਂ ਮਿਲਦੇ ਆ ਨੈਕਸਟ ਵਾਰ ਚ ਦਿਸ ਇਜ਼ ਹੈਰੀ ਮੰਡੇਅਰ ਟੇਕ ਕੇਅਰ ਜੀ ਵਾਹਿਗੁਰੂ ਮੇਰ ਕਰੇ